ਪ੍ਰੋਗਰਾਮ ਦਾ ਸੌਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਹੜੇ ਮੁਸਾਫਰਾਂ ਦੀ ਖੱਜਲ ਖਵਾਰੀ ਅਸਲ ਬਹੁਤ ਹੋਈ ਆ ਕੈਨੇਡਾ ਦੇ ਵਿੱਚੋਂ ਜਿਹੜੇ ਮੁਸਾਫਰਾਂ ਨੇ ਬਾਹਰ ਇੰਟਰਨੈਸ਼ਨਲ ਫਲਾਈਟਸ ਲੈ ਕੇ ਜਾਣਾ ਸੀਗਾ ਫਲਾਈਟਸ ਡਿਲੇ ਬਹੁਤ ਹੋਈਆਂ ਕੋਰੋਨਾ ਦੇ ਕਾਰਨ ਵੀ ਬਹੁਤ ਖੱਜਲ ਖਵਾਰੀ ਹੋਈ ਆ ਤੇ ਰੀਸੈਂਟਲੀ ਸਟਾਫ ਦੇ ਘਾਟੇ ਕਾਰਨ ਸਿਕਿਉਰਿਟੀ ਦੇ ਘਾਟੇ ਕਾਰਨ ਉੱਥੇ ਨੁਕਸਾਨ ਜਿਹੜਾ ਜੀ ਉਹ ਜ਼ਿਆਦਾ ਹੋਇਆ ਬਹੁਤ ਸਾਰੇ ਲੋਕ ਮੈਕਸੀਕੋ ਜਾ ਕੇ ਫਸ ਗਏ ਖਾਸ ਕਰਕੇ ਸਨਵਿੰਗ 에어ਲਾਈਨ ਦੇ ਜਿਹੜੇ ਮੁਸਾਫਰ ਸੀ ਕਈ ਜਣਾਂ ਨੂੰ ਉੱਥੇ ਰਹਿਣਾ ਪਿਆ 에어ਲਾਈਨ ਵੱਲੋਂ ਜ਼ਿੰਮੇਵਾਰੀ ਬਿਲਕੁਲ ਲਈ ਨਹੀਂ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਰਿਫੰਡ ਕਰਵਾਉਣ ਦੇ ਮਾਮਲੇ ਵਿੱਚ ਵੀ ਜਿਹੜੀ ਆਨਕਾਨੀ ਕੀਤੀ ਗਈ ਮਾਮਲਾ ਵੱਡੀ ਪੱਧਰ ਤੇ ਉੱਤੇ ਹੁਣ ਕੈਨੇਡਾ ਸਰਕਾਰ ਦੇ ਵਿਚਾਰधीन ਆ ਤੇ ਕੈਨੇਡਾ ਸਰਕਾਰ ਵੱਲੋਂ ਟ੍ਰਾਂਸਪੋਰਟ ਮੰਤਰੀ ਉਮਰ ਲਗਾਬਰਾ ਦਾ ਕਹਿਣਾ ਕਿ ਸਰਕਾਰ 에어ਲਾਈਨ ਦੇ ਉੱਤੇ ਸਖਤੀ ਕਰਨ ਦੇ ਵਾਸਤੇ ਕੁਝ ਹੋਰ ਅਸੂਲ ਬਣਾਉਣ ਜਾ ਰਹੀ ਆ ਉਹ ਕਹਿੰਦੇ ਸੰਬੰਧੀ ਵਿਚਾਰਾਂ ਹੋ ਰਹੀਆਂ ਸੋ ਮਤਲਬ ਕੀ ਹੈ ਕਿ ਜਦੋਂ ਕੋਈ ਬੰਦਾ ਕਿਸੇ ਜਹਾਜ਼ ਦੀ ਟਿਕਟ ਖਰੀਦਦਾ ਤੋ ਉਹਨੂੰ ਘੱਟੋ-ਘੱਟ ਯਕੀਨ ਹੁੰਦਾ ਕਿ ਹਾਂ ਵੀ ਜਿਹੜਾ ਮੈਂ ਪਲਾਨ ਬਣਾਇਆ ਉਸ ਦੇ ਹਿਸਾਬ ਦੇ ਹੀ ਨਹੀਂ ਸਾਰਾ ਕੁਝ ਚੱਲੂਗਾ ਚਲੋ ਜੇ ਖੁਦਾ ਨਾ ਖਾਸਤਾ ਕਿਸੇ ਮੌਸਮ ਦੇ ਕਾਰਨ ਕੋਈ ਪ੍ਰੋਬਲਮ ਆਉਂਦੀ ਵੀ ਆ ਤਾਂ 에ਅ ਲਾਈਨ ਮੈਨੂੰ ਹੋਟਲ ਦੇਊਗੀ ਮੈਨੂੰ ਉਸ ਹਿਸਾਬ ਦੇ ਨਾਲ ਸਹੂਲਤ ਦੇਊਗੀ ਜਾਂ ਮੈਨੂੰ ਜਿਹੜੇ ਪੈਸੇ ਕੰਪਨਸੇਟ ਕੀਤੇ ਜਾਣਗੇ ਮੈਨੂੰ ਰਿਫੰਡ ਮਿਲ ਜਾਊਗਾ ਜੇਕਰ ਫਲਾਈਟ ਨਹੀਂ ਜਾਂਦੀ ਪਰ ਇੱਥੇ ਇਸ ਸਾਲ ਦੇ ਵਿੱਚ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀ ਖੱਜਲਖਵਰੀ ਹੋਈ ਆ ਇਹ ਲਾਈਨਸ ਨੇ ਜਿਹੜੀਆਂ ਸਹੂਲਤਾਂ ਲੋਕ ਐਕਸਪੈਕਟ ਕਰਦੇ ਹੁੰਦੇ ਸੀ ਤੇ ਜਿਹੜੀਆਂ ਸਹੂਲਤਾਂ ਇਹ ਲਾਈਨਸ ਦਿੰਦੀਆਂ ਹੁੰਦੀਆਂ ਸੀਗੀਆਂ ਉਹਨਾਂ ਤੋਂ ਬਿਲਕੁਲ ਹੀ ਮੂੰਹ ਫੇਰ ਲਿਆ ਸੋ ਇੱਕ ਤਰੀਕੇ ਦੇ ਨਾਲ ਕਿਸੇ ਮਾੜੇ ਮੁਲਕ ਦੀਆਂ ਬੱਸਾਂ ਦਾ ਪ੍ਰਬੰਧ ਵੀ ਇਹੋ ਜਿਹਾ ਨਹੀਂ ਸੀਗਾ ਅੱਜ ਇਸ ਹਿਸਾਬ ਦੇ ਨਾਲ ਕੈਨੇਡੀਅਨ 에ਅਰਲਾਈਨਸ ਦਾ ਹੋਇਆ ਲੋਕਾਂ ਵੱਲੋਂ ਬਹੁਤ ਸ਼ਿਕਾਇਤਾਂ ਸੀਗੀਆਂ ਸੋ ਸਰਕਾਰ ਹੁਣ ਹਾਂ ਬਹਾਰ ਕੇ ਇਸ ਸੰਬੰਧੀ ਸਖਤੀ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰ ਰਹੀ ਆ ਤਾਂ ਕਿ ਲੋਕਾਂ ਨੂੰ ਇਹ ਯਕੀਨੀ ਹੋਵੇ ਕਿ ਜਿਹੜੀ ਟ੍ਰੈਕਟ ਉਹਨਾਂ ਨੇ ਲਈ ਹੋਈ ਆ ਇਹਦੇ ਤੇਨਾਂ ਨੂੰ ਯਕੀਨ ਆ ਤੇ ਉਹ ਜੇ ਕਦੇ ਜਾ ਰਹੇ ਆ ਤਾਂ ਉਹਨਾਂ ਦੇ ਪਲਾਨ ਮੁਤਾਬਕੇ ਜਾਇਆ ਜਾਊਗਾ ਤਾਂ ਜੇ ਕੋਈ ਖੱਜਲ ਖਰਾਬੀ ਹੁੰਦੀ ਵੀ ਆ ਤਾਂ ਉਹਦਾ 에ਅਰਲਾਈਨਸ ਵੱਲੋਂ ਭਗਤਾਨ ਕੀਤਾ ਜਾਊਗਾ ਕਿਉਂਕਿ ਨੁਕਸਾਨ ਜਿਹੜਾ ਵੀ ਹੋਇਆ ਮਸਾਫਰ ਦਾ ਉਹ 에ਅਰਲਾਈਨ ਦੀ ਵਜ੍ਹਾ ਕਰਕੇ ਹੋਇਆ ਸੋ ਇਸ ਸਬੰਧੀ ਹੁਣ ਕੈਂਡਾ ਸਰਕਾਰ ਕਹਿੰਦੀ ਅਸੀਂ ਵਿਚਾਰਾਂ ਕਰ ਰਹੇ ਆ ਤੇ ਬਹੁਤ ਜਲਦੀ ਨਵੇਂ ਸੂਲ ਜਿਹੜੇ ਆ ਜੀ ਉਹ ਲਾਗੂ ਕੀਤੇ ਜਾਣਗੇ ਇੱਕ ਵਾਰੀ ਫਿਰ ਕੋਰੋਨਾ ਦਾ ਖਤਰਾ ਡਗਮਗਾ ਰਿਹਾ ਲੋਕਾਂ ਨੇ ਕੈਲੋ ਟਿਕਟਾਂ ਖਰੀਦੀਆਂ ਹੋਈਆਂ ਭਾਰਤ ਜਾਣ ਨੂੰ ਜਾਂ ਹੋਰ ਉਨਾ ਦੇ ਮਨ ਵਿੱਚ ਇੱਕ ਧੜਕੂ ਲੱਗਾ ਹੋਇਆ ਵੀ ਜੇਕਰ ਕਿਤੇ ਕੱਲ ਨੂੰ ਲੋਕਡਾਊਨ ਹੋ ਗਿਆ ਤੇ ਸਾਡੀਆਂ ਟਿਕਟਾਂ ਦਾ ਕੀ ਬਣੂਗਾ ਕਈ ਲੋਕੀ ਕ੍ਰੈਡਿਟ ਕਾਰਡ ਤੋਂ ਟਿਕਟਾਂ ਖਰੀਦਦੇ ਆ ਉਹਦੇ ਵਿੱਚ ਫਿਰ ਇੰਸ਼ੋਰੈਂਸ ਕਈ ਕਰਵਾ ਲੈਂਦੇ ਆ ਉਹ ਤਾਂ ਫਿਰ ਥੋੜੇ ਬੋਤੇ ਪੈਸੇ ਕਟਾ ਕੇ ਟਿਕਟ ਦੇ ਰੀਫੰਡ ਹੋ ਜਾਂਦੇ ਆ ਪਰ ਇੱਕ ਡਰ ਜਿਹਾ ਹੁਣ ਵੀ ਮਨ ਵਿੱਚ ਬਣਿਆ ਰਿਹਾ ਵੀ ਜਿਹਨਾਂ ਲੋਕਾਂ ਨੇ ਵੈਸੇ ਕੈਸ਼ ਦੇ ਕੇ ਟਿਕਟਾਂ ਲਈਆਂ ਹੁੰਦੀਆਂ ਜੇ ਕੱਲ ਨੂੰ ਕੋ ਲੋਕਡਾਊਨ ਲੱਗ ਜਾਂਦਾ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਆ ਕਿ ਪਿਛਲੀ ਵਾਰੀ ਇਹਨੂੰ ਖੱਜਲਤ ਨਹੀਂ ਹੋਣਾ ਪਊਗਾ ਇਸ ਕਰਕੇ ਸਰਕਾਰ ਦੇ ਉੱਤੇ ਦਬਾਅ ਬਹੁਤ ਆ ਵੀ ਕੋਈ ਕਾਨੂੰਨ ਜਿਹੜੇ ਸਖਤ ਕੀਤੇ ਜਾਣ 에어ਲਾਈਨ ਦੀ ਜਵਾਬਦੇਹੀ ਜਿਹੜੀ ਆ ਤਕੜੀ ਕੀਤੀ ਜਾਵੇ ਆਮ ਲੋਕ ਖੱਜਲ ਨਾ ਹੋਣ ਗੱਲ ਕਰੀਏ ਪ੍ਰੋਪਰਟੀ ਅਸੈਸਮੈਂਟ ਦੀ ਤਾਂ ਪੂਰੇ ਕੈਨੇਡਾ ਦੇ ਵਿੱਚ ਹੀ ਨਵਾਂ ਸਾਲ ਚੜ੍ਹਦਿਆਂ ਘਰਾਂ ਦਾ ਜਿਹੜਾ ਜਾਂ ਜਾਇਦਾਦਾਂ ਦਾ ਮਲਾਂਕਣ ਕੀਤਾ ਜਾਂਦਾ BC ਦੇ ਵਿੱਚ ਤਾਂ ਇਹ ਜਨਵਰੀ ਦੇ ਪਹਿਲੇ ਹਫ਼ਤੇ ਹੀ ਅਸੈਸਮੈਂਟ ਜਿਹੜੀ ਆ ਆਨਲਾਈਨ ਚ ਆੜ ਦਿੱਤੀ ਜਾਂਦੀ ਆ ਤੁਸੀਂ ਬੀਸੀ ਅਸੈਸਮੈਂਟ ਦੀ ਵੈਬਸਾਈਟ ਤੇ ਜਾ ਕੇ ਆਪਣੇ ਘਰ ਦਾ ਐਡਰੈਸ ਪਾ ਕੇ ਦੇਖ ਸਕਦੇ ਆ ਕਿ ਤੁਹਾਡੇ ਘਰ ਦੀ ਕੀਮਤ ਉਹਨਾਂ ਨੇ ਕਿੰਨੀ ਪਾਈ ਆ। ਸੋ ਵੈਸੇ ਘਰਾਂ ਦੇ ਵਿੱਚ ਚਿੱਠੀਆਂ ਵੀ ਉਹਨਾਂ ਵੱਲੋਂ ਭੇਜੀਆਂ ਜਾਂਦੀਆਂ ਆ। ਹੁਣ ਜਿਹੜੀ ਘਰਾਂ ਦੀ ਇਹ ਕੀਮਤ ਪਾਈ ਜਾਂਦੀ ਆ ਇਹਦੇ ਹਿਸਾਬ ਦੇ ਨਾਲੇ ਕਹਾ ਤੁਹਾਡੇ ਪ੍ਰਾਪਰਟੀ ਟੈਕਸ ਜਿਹੜੇ ਹੁੰਦੇ ਆ ਉਹ ਅੰਕੇ ਜਾਂਦੇ ਆ। ਹੁਣ ਹੋਇਆ ਕੀ ਇਸ ਵਾਰੀ ਕਿ ਜਦੋਂ ਬੀਸੀ ਅਸੈਸਮੈਂਟ ਵੱਲੋਂ ਘਰਾਂ ਦੀ ਕੀਮਤ ਪਾਈ ਗਈ ਆ ਤੇ ਉਸ ਪੀਰੀਅਡ ਦੇ ਵਿੱਚੋਂ ਕੀਮਤਾਂ ਲਈਆਂ ਗਈਆਂ ਜਦੋਂ ਕਿ ਮਾਰਕੀਟ ਬਹੁਤ ਆਪਸ ਸੀਗੀ ਅ ਤਕਰੀਬਨ ਕਹਿ ਸਕਦੇ ਆ ਕਿ ਸਤੰਬਰ ਅਕਤੂਬਰ ਤੱਕ ਤਾਂ ਕੀਮਤਾਂ ਬਹੁਤ ਉੱਪਰ ਗਈਆਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਦੇ ਵਿੱਚ ਕੀਮਤਾਂ ਹੌਲੀ-ਹੌਲੀ ਕਰਕੇ ਡਿੱਗੀਆਂ ਆ ਕਿਸੇ ਥਾਂ ਦੇ ਉੱਤੇ 25% ਕਿਸੇ ਤੇ 35 ਕਿਸੇ ਤੇ 40-45% ਦਾ ਵੀ ਫਰਕ ਪਿਆ ਆ ਪਰ ਜਿਹੜੀ ਅਸੈਸਮੈਂਟ ਆਈ ਆ ਉਹ ਪੁਰਾਣੀਆਂ ਕੀਮਤਾਂ ਦੇ ਹਿਸਾਬ ਦੇ ਨਾਲ ਆ ਗਈ ਆ ਜਿਹੜਾ ਹੁਣ ਅਸਲ ਪ੍ਰਾਪਰਟੀ ਟੈਕਸ ਦੇਣਾ ਪੈਣਾ ਉਹ ਉਸ ਦੇ ਹਿਸਾਬ ਦੇ ਨਾਲ ਦੇਣਾ ਪੈਣਾ ਮਿਸਾਲ ਵਜੋਂ ਜੇ ਕਿਸੇ ਘਰ ਦੀ ਕੀਮਤ ਪਿਛਲੇ ਸਾਲ 2 ਮਿਲੀਅਨ ਸੀ ਆ ਤਾਂ ਜਿਹੜੀ ਬੀ ਸੀ ਅਸੈਸਮੈਂਟ ਨੇ ਕੀਮਤ ਪਾਈ ਆ ਉਹਦੇ ਹਿਸਾਬ ਦੇ ਨਾਲ ਪਾਈ ਆ ਪਰ ਹੁਣ ਹੁਣ ਉਹਦੀ ਕੀਮਤ ਘਟ ਕੇ ਜਿਹੜੀ ਆ 15 ਲੱਖ ਰਹਿ ਗਈ ਆ ਤੇ ਪ੍ਰਾਪਰਟੀ ਟੈਕਸ ਜਿਹੜਾ ਆ ਉਹ 2 ਮਿਲੀਅਨ ਦੇ ਹਿਸਾਬ ਦੇ ਨਾਲ ਆ ਜਾਣਾ ਸੋ ਇਹ ਵਾਧੂ ਜਿਹੜਾ ਆਉਣਾ ਇਸ ਕਰਕੇ ਲੋਕ ਕਾਫੀ ਪਰੇਸ਼ਾਨ ਆ ਤੇ ਬੀ ਸੀ ਅਸੈਸਮੈਂਟ ਮਹਿਕਮੇ ਦੇ ਉੱਤੇ ਸਵਾਲ ਚੁੱਕ ਰਹੇ ਆ ਉਹ ਕਹਿੰਦੇ ਵੀ ਜਦੋਂ ਤਾਂ ਇਹਨਾਂ ਨੇ ਮਤਲਬ ਕਿਤੇ ਕੀਮਤ ਘੱਟ ਪਾਈ ਹੋਵੇ ਜਾਂ ਪ੍ਰਾਪਰਟੀ ਮਹਿੰਗੀ ਵਿਕ ਜਾਵੇ ਉਹ ਚਾਟ ਪੈਸੇ ਮੰਗ ਲਏ ਜਾਂਦੇ ਆ ਵੀ ਤੁਸੀਂ ਜੀ ਪ੍ਰਾਪਰਟੀ ਜਿਹੜੀ ਐ ਸਸਤੀ ਕਿਉਂ ਵੇਚੀ ਮਾਰਕੀਟ ਦੇ ਵਿੱਚ ਤਾਂ ਵੈਲਿਊ ਇੰਨੀ ਆ ਤੁਸੀਂ ਟੈਕਸ ਚੋਰੀ ਕਰਨ ਦੇ ਵਾਸਤੇ ਤਾਂ ਨਹੀਂ ਘੱਟ ਵੇਚੀ ਪਰ ਜਦੋਂ ਹੁਣ ਕਿ ਪੂਰੀ BC ਨੂੰ ਪਤਾ ਕਿ ਸਾਰੀ ਦੁਨੀਆ ਨੂੰ ਪਤਾ ਕਿ ਕੀਮਤਾਂ ਡਿੱਗ ਪਈਆਂ ਫੇਰ BC ਦਾ ਅਸੈਸਮੈਂਟ ਮਹਿਕਮਾ ਤਾਜ਼ਾ ਕੀਮਤ ਜਿਹੜੀ ਐ ਉਹ ਕਿਉਂ ਕਹਿੰਦੀਆਂ ਅੰਕ ਕਿ ਭੇਜ ਰਿਆ ਪਿਛਲੇ ਸਾਲ ਦੇ ਅੰਕੜੇ ਕਿਉਂ ਯੂਜ਼ ਕੀਤੇ ਜਾ ਰਹੇ ਆ ਜਦੋਂ ਕਿ ਸਭ ਨੂੰ ਪਤਾ ਕਿ ਕੀਮਤਾਂ ਦੇ ਵਿੱਚ ਗਰਾਵਟ ਆਈ ਆ ਸੋ ਇਸ ਗੱਲ ਨੂੰ ਲੈ ਕੇ ਲੋਕ ਜਿਹੜੇ ਆ BC ਸਰਕਾਰ ਤੋਂ ਚਾਹੁੰਦੇ ਆ ਕਿ ਸਰਕਾਰੀ ਪੱਧਰ ਤੇ ਜੇ ਇਹਦਾ ਕੋਈ ਹੱਲ ਕੀਤਾ ਜਾਵੇ ਹੁੰਦਾ ਕੀ ਹੈ ਕਿ ਜੇਕਰ ਤੁਸੀਂ ਜਿਹੜੀ ਕੀਮਤ ਉਹਨਾਂ ਨੇ ਲਾ ਕੇ ਭੇਜੀ ਆ ਉਹਦੇ ਨਾਲ ਸਹਿਮਤ ਨਹੀਂ ਤਾਂ ਤੁਸੀਂ ਇਹਨੂੰ ਚੈਲੰਜ ਕਰ ਸਕਦੇ ਆ ਚੁਣੌਤੀ ਦੇ ਸਕਦੇ ਆ ਆਨਲਾਈਨ ਵੀ ਤੇ ਫੋਨ ਕਰਕੇ ਵੀ ਪਰ ਇਸ ਦੇ ਨਾਲ ਉਹ ਕਿ ਇਕੱਲਾ ਇਕੱਲਾ ਵਿਅਕਤੀ ਇਹ ਗੱਲ ਕਰੇ ਸਰਕਾਰ ਅਹੀ ਵੱਲੋਂ ਕੁਝ ਨਾ ਕੁਝ ਕਰਨਾ ਚਾਹੀਦਾ ਆ ਤਾਂ ਕਿ ਲੋਕਾਂ ਦਾ ਵੀ ਜਿਹੜਾ ਸਮਾਂ ਬਚੇ ਤੇ ਸਰਕਾਰ ਦਾ ਵੀ ਸਮਾਂ ਬੱਚੇ ਲੋਕ ਬੀਸੀ ਅਸੈਸਮੈਂਟ ਅਦਾਰੇ ਨੂੰ ਇੱਕ ਚਿੱਟਾ ਹਾਤੀ ਕਹਿ ਰਹੇ ਆ ਜਿਹਨੂੰ ਇੰਨਾ ਵੀ ਨਹੀਂ ਪਤਾ ਕਿ ਕੀਮਤਾਂ ਇਸ ਵੇਲੇ ਕੀ ਆ ਤੇ ਉਹ 6 ਮਹੀਨੇ ਪਹਿਲੀਆਂ ਕੀਮਤਾਂ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਅਸੈਸਮੈਂਟ ਭੇਜ ਰਿਹਾ ਜਿਹਦੇ ਨਾਲ ਫਿਰ ਪ੍ਰਾਪਰਟੀ ਟੈਕਸ ਲੋਕਾਂ ਨੂੰ ਵੱਧ ਪੇ ਕਰਨਾ ਪੈਣਾ ਜੀ ਘਰਾਂ ਦੀ ਮਾਰਕਟ ਨਾਲ ਸੰਬੰਧਿਤ ਇੱਕ ਹੋਰ ਗੱਲ ਕਰੀਏ ਤਾਂ ਇਹ ਟ੍ਰਾਂਟੋ ਇਲਾਕੇ ਦੀ ਆ ਈਟੋਬੀਕੋ ਸ਼ਹਿਰ ਟ੍ਰਾਂਟੋ ਦਾ ਹੀ ਆ ਗ੍ਰੇਟਰ ਟ੍ਰਾਂਟੋ ਇਲਾਕੇ ਵਿੱਚ ਪੈ ਜਾਂਦਾ ਹੈ ਉੱਥੇ ਕਿਸੇ ਹੋਰ ਦਾ ਘਰ ਕੋਈ ਬੰਦਾ ਹੋਰ ਵੇਚ ਗਿਆ ਜੀ ਸੋ ਇੱਕ ਜੋੜਾ ਅਜਿਹੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹਨਾਂ ਦੀ ਹੁਣ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਲੋਕਾਂ ਤੋਂ ਮਦਦ ਜਿਹੜੀ ਆ ਬਕਾਇਦਾ ਤੌਰ ਦੇ ਉੱਤੇ ਮੰਗੀ ਗਈ ਆ ਹੋਇਆ ਇਸ ਤਰ੍ਹਾਂ ਕਿ ਕਈ ਟੋਬੀ ਕੋ ਦੇ ਵਿੱਚ ਘਰ ਜਿਹਦੇ ਘਰ ਦੇ ਮਾਲਕ ਸੀਗੇ ਉਹ ਵਪਾਰੀ ਸੀਗੇ ਹੋਰ ਮੁਲਕਾਂ ਦੇ ਵਿੱਚ ਵੀ ਇਹਨਾਂ ਦਾ ਵਪਾਰ ਚੱਲਦਾ ਸੀਗਾ ਇਸ ਅਧੀਨ ਉਹ ਕਈ ਮਹੀਨਿਆਂ ਦੇ ਵਾਸਤੇ ਬਾਹਰ ਚਲੇ ਗਏ ਹੁਣ ਇਹ ਜਿਹੜਾ ਮਗਰੋਂ ਇਹ ਜੋੜਾ ਸੀਗਾ ਜੀ ਇਹਨਾਂ ਨੇ ਰੀਅਲ ਅਸਟੇਟਸ ਨੂੰ ਤੇ ਲਾਅਰਜ਼ ਨੂੰ ਇਹ ਕਿਹਾ ਕਿ ਅਸੀਂ ਜਿਹੜੇ ਘਰ ਦੇ ਅਸਲੀ ਮਾਲਕ ਹੈਗੇ ਆ ਫੇਕ ਆਈਡਿਜ਼ ਵਰਤੀਆਂ ਗਈਆਂ ਤੇ ਪੂਰਾ ਯਕੀਨ ਦਿਵਾ ਕੇ ਘਰ ਜਿਹੜਾ ਵੇਚ ਦਿੱਤਾ ਗਿਆ ਨਵੇਂ ਘਰ ਦੇ ਮਾਲਕਾਂ ਨੇ ਆ ਕੇ ਪੋਜੈਸ਼ਨ ਵੀ ਲੈ ਲਿਆ ਘਰ ਦੇ ਵਿੱਚ ਆ ਗਏ ਤੇ ਬਾਅਦ ਦੇ ਵਿੱਚ ਹੁਣ ਜਿਹੜੇ ਘਰ ਦੇ ਅਸਲੀ ਮਾਲਕ ਸੀ ਉਹਨਾਂ ਨੂੰ ਪਤਾ ਲੱਗਾ ਕਿ ਉਹਦੇ ਨਾਲ ਧੋਖਾ ਹੋ ਗਿਆ ਤੇ ਘਰ ਜਿਹੜਾ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਵੈਸੇ ਤਾਂ ਤੇ ਕਾਨੂੰਨ ਬੜੇ ਸਖਤ ਹੈ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨਹੀਂ ਪਰ ਇਹ ਹੋ ਗਈ ਹੈ ਜੀ ਕਦੀ ਕ੍ਰੈਡਿਟ ਕਾਰਡਾਂ ਦੀ ਚੋਰੀ ਕਦੀ ਤੁਹਾਡੇ ਬੈਂਕ ਦੇ ਡੈਬਿਟ ਕਾਰਡ ਦੀ ਚੋਰੀ ਕਦੀ ਤੁਹਾਡੇ ਸੀਆਰਏ ਅਕਾਊਂਟ ਦੇ ਵਿੱਚ ਘਪਲਾ ਉਸ ਤੋਂ ਬਾਅਦ ਹੁਣ ਗੱਲ ਫਰੋਡ ਦੇ ਉੱਪਰ ਤੋਂ ਉੱਪਰ ਵੱਧ ਗਈ ਤੁਹਾਡਾ ਘਰੇ ਕੋਈ ਹੋਰ ਵੇਚ ਗਿਆ ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਐਗਜ਼ਾਮਪਲ ਆ ਹੁਣ ਜਦੋਂ ਕੋਈ ਰੀਅਲਟਰ ਘਰ ਲਿਸਟ ਕਰਦਾ ਤਾਂ ਬਕਾਇਦਾ ਫਿੰਟ ਰਕ ਦੇ ਫਾਰਮ ਭਰੇ ਜਾਂਦੇ ਆ ਉਹਨਾਂ ਦੀਆਂ ਆਈ ਡੀਜ਼ ਲਈਆਂ ਜਾਂਦੀਆਂ ਪੂਰੀ ਜਿਹੜਾ ਟਾਈਟਲ ਸਰਚ ਕੀਤੀ ਜਾਂਦੀ ਹੈ ਵੀ ਘਰ ਹੈ ਕਿਹਦੇ ਅਧੀਨ ਆ ਪਰ ਇਹਨਾਂ ਦਾ ਵਿਅਕਤੀਆਂ ਨੇ ਫੇਕ ਆਈ ਡੀਜ਼ ਬਣਾਈਆਂ ਹੋਈਆਂ ਸੀਗੀਆਂ ਨਾ ਅਸਲ ਦੇ ਵਿੱਚ ਸਾਰਾ ਕੁਝ ਜਿਹੜਾ ਆ ਉਹਨਾਂ ਦੇ ਅਧੀਨ ਨਹੀਂ ਚੱਲ ਰਿਹਾ ਸੀਗਾ ਪਰ ਆਪਣੀਆਂ ਆਈ ਡੀਜ਼ ਉਹਨਾਂ ਦੇ ਨਾਂ ਤੇ ਬਣਾਈਆਂ ਹੋਈਆਂ ਸੀ ਇਸ ਕਰਕੇ ਵੱਖਰੇ ਅਕਾਊਂਟ ਉਹਨਾਂ ਦੇ ਨਾਂ ਤੇ ਖੁਲਾਏ ਹੋਏ ਸੀ ਸੋ ਜਦੋਂ ਇਹ ਰੀਅਲਟੇਰਜ਼ ਨੂੰ ਵੀ ਠੱਗ ਗਏ ਤਾਂ ਫਿਰ ਲਿਸਟ ਹੋ ਗਿਆ ਇੱਕ ਰੀਅਲਟੇਰ ਨੇ ਲਿਸਟ ਕੀਤਾ ਦੂਜੇ ਨੇ ਵੇਚ ਦਿੱਤਾ ਉਦੋਂ ਬਾਅਦ ਵਕੀਲਾਂ ਕੋਲੇ ਗੱਲ ਗਈ ਵਕੀਲ ਵੀ ਦੋ ਹੁੰਦੇ ਆ ਖਰੀਦਦਾਰ ਦਾ ਵਕੀਲ ਹੋਰ ਹੁੰਦਾ ਵੇਚਣ ਵਾਲੇ ਦਾ ਹੋਰ ਹੁੰਦਾ ਉਹਨਾਂ ਨੇ ਵੀ ਆਈ ਡੀਜ਼ ਦੇਖਣੀਆਂ ਹੁੰਦੀਆਂ ਵੀ ਜਿਹੜੇ ਨਾਂ ਹੈਗੇ ਉਹ ਸਹੀ ਵੀ ਹੈਗੇ ਆ ਤਾਂ ਉਹ ਆਈ ਡੀ ਤੇ ਫੇਕ ਸੀਗੀਆਂ ਜਦੋਂ ਤਾਂ ਉਹ ਉੱਥੇ ਵੀ ਧੋਖਾ ਦੇਣ ਦੇ ਵਿੱਚ ਵਕੀਲਾਂ ਨੂੰ ਵੀ ਕਾਮਯਾਬ ਹੋ ਗਏ ਤੇ ਹੁਣ ਪੈਸੇ ਲੈ ਕੇ ਚੱਤਰ ਹੋਏ ਹੋਏ ਆ ਤੇ ਪੁਲਿਸ ਨੇ ਹਲੇ ਪੂਰੇ ਵੇਰਵੇ ਬਣੇ ਦਿੱਤੇ ਘਰ ਕਿੰਨੇ ਦਾ ਸੀਗਾ ਠੱਗੀ ਕਿੰਨੇ ਦੀ ਵਜਈਆ ਵਿੱਚ ਮੌਰਗੇਜ ਕਿੰਨੇ ਦੀ ਪੇ ਹੋਈ ਆ ਜਾਂ ਨਹੀਂ ਪੇ ਹੋਈ ਸੋ ਇਹ ਗੱਲਾਂ ਹਜੇ ਹੌਲੀ ਹੌਲੀ ਹੁਣ ਬਾਹਰ ਆਉਣਗੀਆਂ ਪਰ ਪੁਲਿਸ ਨੇ ਲੋਕਾਂ ਤੋਂ ਮਦਦ ਮੰਗੀ ਆ ਕਿ ਜੇਕਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਉਹਨਾਂ ਸ਼ਖਲਾਂ ਨੂੰ ਪਛਾਣਦੇ ਹੋਵੋ ਤਾਂ ਈਟੋਬੀਕੋ ਪੁਲਿਸ ਦੇ ਨਾਲ 416 222 8470 ਤੇ ਸੰਪਰਕ ਕੀਤਾ ਜਾਵੇ ਤਾਂ ਕਿ ਇਹੋ ਜਿਹੀਆਂ ਠੱਗੀਆਂ ਨੂੰ ਸਮਾਂ ਪੈਂਦਿਆਂ ਹੀ ਰੋਕਿਆ ਜਾ ਸਕੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਯੂਕਰੇਨ ਦੀ ਯੂਕਰੇਨ ਦੇ ਵਿੱਚ ਪਿਛਲੇ 11 ਮਹੀਨਿਆਂ ਤੋਂ ਜੰਗ ਚੱਲੀ ਹੋਈ ਆ ਯੂਕਰੇਨ ਅਤੇ ਰੂਸ ਦੋਵਾਂ ਪਾਸੇ ਬਹੁਤ ਵੱਡਾ ਨੁਕਸਾਨ ਹੋਇਆ ਆ ਜਾਨਾਂ ਵੀ ਗਈਆਂ ਆ ਪੂਰੇ ਯੂਰਪ ਨੂੰ ਦਾ ਸਿੱਟਾ ਭੁਗਤਣਾ ਪਿਆ ਮਹਿੰਗਾਈ ਬਹੁਤ ਹੋ ਗਈ ਆ ਇਕੱਲੇ ਯੂਰਪ ਨੂੰ ਨਹੀਂ ਪੂਰੀ ਦੁਨੀਆ ਦੇ ਵਿੱਚ ਹੀ ਫਰਕ ਪਿਆ ਆ ਹਰ ਇੱਕ ਮਹਿੰਗੀ ਹੋਈ ਚੀਜ਼ ਦੇ ਪਿੱਛੇ ਇਹੀ ਕਹਿ ਦਿੱਤਾ ਜਾਂਦਾ ਕਿ ਲੜਾਈ ਕਰਕੇ ਸਾਰਾ ਕੁਝ ਹੋ ਗਿਆ ਹੁਣ ਕੀ ਹੋਇਆ ਕਿ ਉਸ ਖੇਤ ਦੇ ਵਿੱਚ ਜਿਹੜਾ ਕਿ ਯੂਕਰੇਨ ਰੂਸ ਜਾਂ ਜਿਹੜੇ ਉਹ ਸਾਰੇ ਖੇਤ ਜਿਹੜਾ ਕਦੀ ਯੂਐਸਐਸਆਰ ਦੇ ਅਧੀਨ ਹੁੰਦਾ ਸੀਗਾ ਸਯੁਕਤ ਸੋਵੀਅਤ ਸੰਘ ਜਿਹਨੂੰ ਕਹਿੰਦੇ ਹੁੰਦੇ ਸੀਗੇ ਉੱਥੇ ਆਰਥੋਡੌਕਸ ਕ੍ਰਿਸਮਸ ਦੀਆਂ ਛੁੱਟੀਆਂ ਮਨਾਈਆਂ ਜਾ ਰਹੀਆਂ ਬਹੁਤਿਆਂ ਲੋਕਾਂ ਨੂੰ ਤਾਂ ਇਹ ਹੀ ਪਤਾ ਵੀ ਸਿੱਖਾਂ ਦੇ ਗੁਰਪੁਰਬ ਜਿਹੜੇ ਕਈ ਵਾਰੀ ਦੋ ਦਿਨਾਂ ਦੇ ਉੱਤੇ ਆ ਜਾਂਦੇ ਆ ਪਰ ਬਹੁਤੇ ਘੱਟ ਲੋਕਾਂ ਨੂੰ ਪਤਾ ਵੀ ਸਾਈਆਂ ਦੇ ਵਿੱਚ ਵੀ ਇਹ ਕੁਝ ਚੱਲਦਾ ਆ ਜਿਹੜੀ ਕ੍ਰਿਸਮਸ ਤਾਂ ਵੈਸੇ ਦਿਨ ਜਿਹੜਾ ਮੰਨਿਆ ਹੋਇਆ ਪੂਰੀ ਦੁਨੀਆ ਦੇ ਵਿੱਚ ਉਹ 25 ਦਸੰਬਰ ਨੂੰ ਮਨਾ ਲਈ ਜਾਂਦੀ ਆ ਪਰ ਜਿਹੜੇ ਪੱਕੇ ਆਪਣੇ ਨੂੰ ਆਰਥੋਡੌਕਸ ਕ੍ਰਿਸਮਸ ਮਨਾਉਣ ਵਾਲੇ ਕ੍ਰਿਸਚੀਅਨ ਕਹਿੰਦੇ ਆ ਉਹ ਕਹਿੰਦੇ ਬਈ ਜਿਹੜੇ ਦਿਨ ਕੈਲੰਡਰ ਦੇ ਹਿਸਾਬ ਨਾਲ ਆਊਗਾ ਉਹਦੋਂ ਮਨਾਉਣੀ ਆ ਸੋ ਉਹ ਵੀਕ ਦੰਨ ਦੇ ਨਾਸਤੇ 36 ਘੰਟਿਆਂ ਵਾਸਤੇ ਜਿਹੜੀ ਹੈ ਜੀ ਉਹ ਡੇਢ ਦਿਨ ਵਾਸਤੇ ਕਹਿ ਸਕਦੇ ਹਾਂ 36 ਘੰਟਿਆਂ ਦੇ ਵਾਸਤੇ ਜੰਧਵੰਦੀ ਕੀਤੀ ਆ ਪੇ ਰੂਸ ਤੇ ਫੌਜੀ ਇਹਨਾਂ 36 ਘੰਟਿਆਂ ਦੇ ਵਿੱਚ ਕੋ ਗੋਲੀ ਨਹੀਂ ਚਲਾਉਣਗੇ ਬੰਬ ਜਗਾ ਕੋ ਮਜ਼ਾਇਲ ਨਹੀਂ ਦੇਖਣਗੇ ਦੂਜੇ ਪਾਸੇ ਯੂਕਰੇਨ ਨੇ ਇਸ ਜੰਧਵੰਦੀ ਨੂੰ ਇੱਕ ਤਰਫਾ ਦੱਸਿਆ ਤੇ ਠੁਕਰਾ ਦਿੱਤਾ ਉਹ ਕਹਿੰਦੇ ਵੀ ਰੂਸੀ ਜਿਹੜੇ ਆ ਹੁਣ ਭੱਜ ਰਹੇ ਆ ਰੂਸੀ ਫੌਜੀਆਂ ਦੇ ਉੱਤੇ ਹਮਲੇ ਯੂਕਰੇਨ ਨੇ ਵਧਾ ਦਿੱਤੇ ਗਏ ਆ ਯੂਕਰੇਨ ਦੇ ਖੋਏ ਹੋਏ ਇਲਾਕੇ ਅਸੀਂ ਵਾਪਸ ਲੈ ਰਹੇ ਆਂ ਇਸ ਕਰਕੇ ਰੂਸ ਜਿਹੜਾ ਦੁਨੀਆ ਦੇ ਵਿੱਚ ਇੱਕ ਆਪਣਾ ਚੰਗਾ ਫੇਸ ਬਣਾਉਣ ਵਾਸਤੇ ਕਿ ਅਸੀਂ ਬਹੁਤ ਆਸਾਊ ਆ ਜੀ ਦੇਖੋ ਛੁੱਟੀਆਂ ਕਰ ਲੀਆਂ ਤਿਹਾੜੀਆਂ ਤੇ ਇਸ ਕਰਕੇ ਉਹ ਕਹਿੰਦੇ ਵੀ ਆਪਣੀ ਭਾਲ ਬਣਾਉਣੀ ਚਾਹੁੰਦਾ ਪਰ ਇਹ ਗੱਲ ਸਹੀ ਨਹੀਂ ਹੈਗੀ ਸੋ ਯੂਕਰੇਨ ਦੇ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਦੇ ਮੰਤਰੀ ਨੇ ਉਹ ਕਹਿੰਦੇ ਵੀ ਅਸੀਂ ਤਾਂ ਉਦੋਂ ਹੀ ਹੁਣ ਜੰਦਬੰਦੀ ਮੰਨਾਂਗੇ ਜਦੋਂ ਰੂਸ ਆਪਣੀਆਂ ਫੌਜਾਂ ਤੇ ਅਮਲਾ ਲੈ ਕੇ ਪੂਰੇ ਤੌਰ ਦੇ ਉੱਤੇ ਯੂਕਰੇਨ ਦੀ ਸਰਹੱਦ ਤੋਂ ਬਾਹਰ ਨਿਕਲ ਜਾਊਗਾ ਅਦਰਵਾਇਜ਼ ਇੱਕ ਧੋਖਾ ਆ ਦੁਨੀਆ ਨੂੰ ਪ੍ਰਤਿਆਉਣ ਦੀ ਜਿਹੜੀ ਇਹ ਕੋਸ਼ਿਸ਼ ਆ ਅਸੀਂ ਇਸ ਜੰਦਬੰਦੀ ਨੂੰ ਨਹੀਂ ਮੰਨਦੇ ਅਤੇ ਉਹਨਾਂ ਚਿਰ ਰੂਸੀ ਫੌਜਾਂ ਦੇ ਉੱਤੇ ਹਮਲੇ ਕਰਦੇ ਰਵਾਂਗੇ ਜਿੰਨਾ ਚਿਰ ਇਹਨਾਂ ਨੂੰ ਖਦੇੜ ਕੇ ਰੂਸ ਦੀਆਂ ਹੱਦਾਂ ਦੇ ਵਿੱਚ ਨਹੀਂ ਭੇਜ ਦਿੱਤਾ ਜਾਂਦਾ ਸੋ ਰਾਸ਼ਟਰਪਤੀ ਜ਼ੇਲੈਂਸਕੀ ਤੇ ਹੋਰ ਜਿਹੜੇ ਉਹਨਾਂ ਦੇ ਰੱਖਿਆ ਮੰਤਰੀ ਨੇ ਉਹਨਾਂ ਨੇ ਰੂਸ ਵੱਲੋਂ ਕੀਤੀ ਗਈ ਇਹ ਸੈਯੁਗਧ ਬੰਦੀ ਦੀ ਜਿਹੜੀ ਆਫਰ ਆ ਉਹਨੂੰ ਟਕਰਾ ਦਿੱਤਾ ਆ ਉਹ ਕਹਿੰਦੇ ਅਸੀਂ ਆਪਣੀ ਆਜ਼ਾਦੀ ਲਈ ਲਗਾਤਾਰ ਲੜਦੇ ਰਵਾਂਗੇ ਰੂਸ ਦੀ ਕਿਸੇ ਵੀ ਪਰਮਾਉਣ ਵਾਲੀ ਗੱਲ ਦੇ ਵਿੱਚ ਨਹੀਂ ਆਵਾਂਗੇ ਪੂਰੀ ਦੁਨੀਆ ਤੋਂ ਰੂਸ ਦੇ ਉੱਤੇ ਪ੍ਰੈਸ਼ਰ ਆ ਬਈ ਇਹ ਜਿਹੜੀ ਜੰਗ ਆ ਉਹਨਾਂ ਨੇ ਗਲਤ ਛੇੜੀ ਆ ਹਾਲਾਂਕਿ ਰੂਸ ਦੇ ਆਪਣੇ ਕਹਿਣ ਦੇ ਤਰੀਕੇ ਆ ਕਿ ਜੇਕਰ ਉਹ ਜੰਗ ਨਾ ਛੇੜਦੇ ਤਾਂ ਜਿਹੜਾ ਪੱਛਮੀ ਨੈਟੋ ਫੋਰਸਸ ਆ ਉਹਦੇ ਮੋੜ ਆ ਕੇ ਬਹਿ ਜਾਣੀਆਂ ਸਗੀਆਂ ਸੋ ਉਹਨੂੰ ਆਪਣੇ ਤਰੀਕੇ ਦੇ ਨਾਲ ਜਾਇਜ਼ ਠਹਿਰਾਇਆ ਜਾ ਰਿਹਾ ਪਰ ਇਹ ਗੱਲ ਪੱਕੀ ਆ ਕਿ ਇਸ ਜੰਗ ਦੇ ਨਾਲ ਨਾ ਰੂਸ ਦਾ ਫਾਇਦਾ ਹੋਇਆ ਤੇ ਨਾ ਯੂਕਰੇਨ ਦਾ ਫਾਇਦਾ ਹੋਇਆ ਬਹੁਤ سارے ਲੋਕਾਂ ਦੇ ਘਰ ਘੜ ਜਿਹੜੇ ਆ ਉਹ ਜਾਂਦੇ ਲੱਗੇ ਆ ਕਈ ਲੋਕਾਂ ਨੇ ਆਪਣੇ ਪਿਆਰੇ ਅਗਵਾਲੇ ਆ ਤੇ ਦੁਨੀਆ ਨੂੰ ਬੇਹੱਦ ਨੁਕਸਾਨ ਹੋਇਆ ਪਰ ਹੱਲੇ ਵੀ ਇਹ جنگ ਜਿਹੜੀ ਆ ਪੂਰੀ ਤਰ੍ਹਾਂ ਰੋਕਣ ਦਾ ਨਾਮ ਨਹੀਂ ਲੈ ਰਹੀ ਜੀ ਗੱਲ ਆਪਾਂ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਸਮੇਤ ਪੂਰੀ ਦੁਨੀਆ ਦੇ ਵਿੱਚ ਹੀ ਕਾਲ ਸੈਂਟਰ ਦੇ ਰਾਹੀਂ ਜਿਹੜਾ ਫਰਜ਼ੀ ਵਾੜਾ ਚਲਾਇਆ ਜਾਂਦਾ ਰਿਹਾ ਆ ਉਹ ਸੰਬੰਧੀ ਬਹੁਤ ਸਾਰੇ ਲੋਕ ਫੜੇ ਜਾਂਦੇ ਰਹੇ ਆ ਤੁਹਾਡੇ ਚ ਬਹੁਤ ਸਾਰੇ ਲੋਕਾਂ ਨੇ Netflix ਦੇ ਉੱਤੇ ਸੀਰੀਜ਼ ਦੇਖੀ ਹੋਊਗੀ ਜਾਨਤਾਰਾ ਉਹਦੇ ਵਿੱਚ ਦਿਖਾਉਂਦੇ ਆ ਕਿਵੇਂ ਨੌਜਵਾਨ ਲੜਕੇ ਲੜਕੀਆਂ ਘਰ ਬੈਠੇ ਜਾਂ ਖੇਤਾਂ ਦੇ ਵਿੱਚੋਂ ਨਕਲੀ ਆਵਾਜ਼ਾਂ ਕੱਢ ਕੇ ਲੋਕਾਂ ਦੇ ਅਕਾਊਂਟਾਂ ਦੇ ਵਿੱਚੋਂ ਪੈਸੇ ਕੱਢਦੇ ਆ। ਸੋ ਇਹ ਜਿਹੜਾ ਸਾਰਾ ਇਹ ਧਾਰਮਬਦਾਰ ਸੀ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਰਿਹਾ। ਬਾਹਰਲੇ ਮੁਲਕਾਂ ਦੇ ਵਿੱਚ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਖਾਸ ਕਰਕੇ ਬਜ਼ੁਰਗਾਂ ਨੂੰ ਬਹੁਤ ਵੱਡੀ ਪੱਧਰ ਤੇ ਉੱਤੇ ਲੁੱਟਿਆ ਗਿਆ। ਕੈਨੇਡਾ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਅਜਿਹੇ ਸੈਂਕੜੇ ਜਿਹੜੇ ਕੇਸ ਆ ਉਹ ਲੱਭੇ ਆ। ਕੈਨੇਡਾ ਨੇ ਵੀ ਟਰਾਈ ਕੀਤੀ ਆ ਕੁਝ ਲੋਕ ਚਾਰਜ ਕੀਤੇ ਆ ਪਰ ਅਮਰੀਕਾ ਨੇ ਇਸ ਪਾਸਿਓਂ ਜ਼ਿਆਦਾ ਲੀਡ ਲਈ ਆ। ਉਹਨਾਂ ਨੇ ਸਿਰਫ ਕਾਲ ਸੈਂਟਰ ਹੀ ਬੰਦ ਨਹੀਂ ਕਰਾਏ ਦਿੱਲੀ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਭਾਰਤ ਦੇ ਵਿੱਚ ਬਲਕਿ ਉਹਨਾਂ ਲੋਕਾਂ ਨੂੰ ਚਾਰਜ ਵੀ ਕਰਾਇਆ ਗ੍ਰਿਫਤਾਰ ਵੀ ਕਰਾਇਆ ਤੇ ਜਿਹੜੇ ਉਹਨਾਂ ਦੇ ਸਾਥੀ ਅਮਰੀਕਾ ਦੇ ਵਿੱਚ ਰਹਿੰਦੇ ਸਗੇ ਉਹਨਾਂ ਨੂੰ ਵੀ ਕੈਦ ਦੀ ਸਜ਼ਾ ਸੁਣਾਈ ਆ ਅਜਿਹਾ ਇੱਕ ਭਾਰਤੀ ਨਾਗਰਿਕ ਜਿਹੜਾ ਕਿ ਅਮਰੀਕਾ ਦੇ ਵਿੱਚ ਇਹੋ ਜਿਹਾ ਇੱਕ ਕਾਲ ਸੈਂਟਰ ਦੇ ਗਰੋਹ ਦੇ ਨਾਲ ਰਲ ਕੇ ਲੋਕਾਂ ਨੂੰ ਠੱਗਣ ਦਾ ਕੰਮ ਚਲਾ ਰਿਹਾ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਿੱਤੀ ਲੰਗੀ 30 ਨਵੰਬਰ ਨੂੰ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਤੇ ਹੁਣ ਅਮਰੀਕਨ ਅਦਾਲਤ ਨੇ ਉਸ ਨੂੰ 29 ਮਹੀਨੇ ਕੈਦ ਦੀ ਜਿਹੜੀ ਸਜ਼ਾ ਸੁਣਾਈ ਆ ਤੇ ਕੈਦ ਪੂਰੀ ਕਰਨ ਤੋਂ ਬਾਅਦ ਇਸ ਭਾਰਤੀ ਨਾਗਰਿਕ ਨੂੰ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਜਾਊਗਾ ਸੋ ਜਿਲ੍ਹਾ ਜੱਜ ਐਂਡਰਿਊ ਹੈਨਨ ਨੇ ਮੋਇਨ ਇੰਦਰੀ ਪੰਜਾਰਾ ਨਾਂ ਦੇ ਸਭ ਭਾਰਤੀ ਨਾਗਰਿਕ ਨੂੰ ਦੋਸ਼ੀ ਲੱਭਿਆ ਵੀ ਉਹਦਾ ਇਹ ਦੋਸ਼ ਹੈਗਾ 29 ਸਾਲ 29 ਮਹੀਨਿਆਂ ਦੀ ਉਹਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਦੀ ਨਾਲ 6,35,000 ਅਮਰੀਕਨ ਡਾਲਰ ਜਿਹਦਾ ਉਹ ਦੋਸ਼ੀ ਸਿੱਧ ਹੋਇਆ ਵੀ ਉਹਨੇ ਲੋਕਾਂ ਤੋਂ ਠੱਗਿਆ ਉਹ ਦੁਬਾਰਾ ਵਾਪਸ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਤੋ ਜੇਕਰ ਉਹ 635000 ਡਾਲਰ ਵਾਪਸ ਨਹੀਂ ਕਰਦਾ ਤੇ ਉਹਨਾਂ ਚਰਾਂ ਨੂੰ ਹੋਰ ਕੈਦ ਕੱਟਣੀ ਪੈ ਸਕਦੀ ਆ ਸੋ ਇਹ ਪੈਸੇ ਭੁਗਤਾਨ ਕਰਵਾ ਕੇ ਹੀ ਛੱਮਲੇ ਜਾਣਗੇ ਇਹ ਜਿਹੜੀ ਠੱਗੀ ਆ ਪੰਜਾਲਾ ਵੱਲੋਂ ਅ ਦਸੰਬਰ 2019 ਤੋਂ ਲੈ ਕੇ ਜੁਲਾਈ 2020 ਤਕਰੀਬਨ 7 ਮਹੀਨਿਆਂ ਦੇ ਵਕਫੇ ਦੇ ਵਿੱਚ ਵਿੱਚ ਮਾਰੀ ਗਈ ਆ ਤੇ ਉਸਨੇ ਮੰਨ ਲਿਆ ਕਿ ਜਿਹੜੇ ਭਾਰਤ ਤੋਂ ਕਾਲ ਸੈਂਟਰ ਚੱਲ ਰਹੇ ਸੀਗੇ ਅ ਜੇ ਸਾਡੀ ਦੁਨੀਆ ਪੱਧਰ ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਸੀਗਾ ਉਹਦਾ ਇੱਕ ਹੋ ਅਮਰੀਕਾ ਦੇ ਵਿੱਚ ਕਲਪੁਰਜਾ ਸੀਗਾ ਹਿੱਸਾ ਸੀਗਾ ਜੀ ਅਖੀਰ ਦੇ ਵਿੱਚ ਗੱਲਬਾਤ ਕਰਨੀ ਆਪਾਂ ਭਾਰਤੀ ਸਿਆਸਤ ਦੀ ਭਾਰਤੀ ਸਿਆਸਤ ਬੜੀ ਕਰਮਾ ਰਹੀ ਆ 2024 ਨੂੰ ਲੈ ਕੇ ਆਡਡ ਪਾਰਟੀਆਂ ਜਿਹੜੀਆਂ ਆ ਕੋਸ਼ਿਸ਼ ਕਰ ਰਹੀਆਂ ਆ ਮੁੱਖ ਤੌਰ ਤੇ ਤੇ ਦੋ ਪਾਰਟੀਆਂ ਦੀ ਟੱਕਰ ਹੁੰਦੀ ਆ ਤੇ ਤੀਜਾ ਫਰੰਟ ਜਿਹੜਾ ਉਹ ਵੀ ਬਣ ਦੀ ਕੋਸ਼ਿਸ਼ ਕਰਦਾ ਹੁੰਦਾ ਪਰ ਅਖੀਰ ਤੇ ਜਾ ਕੇ ਖਿਲਰ ਜਾਂਦਾ ਹੁੰਦਾ ਭਾਰਤ ਵਿੱਚ ਥੋੜੇ ਸਮੇਂ ਹੀ ਆਏ ਆ ਜਦੋਂ ਤੀਜੇ ਫਰੰਟ ਦੀ ਸਰਕਾਰ ਜਿਹੜੀ ਆ ਬਣੀ ਆ ਵੀ ਪੀ ਸਿੰਘ ਚੰਦਰ ਸ਼ੇਖਰ ਹੋਣਾ ਦੀ ਗੱਲ ਦੇਵ ਗੋੜਾ ਉਹਨਾਂ ਦੀ ਗੱਲ ਆਪਾਂ ਕਰ ਸਕਦੇ ਆ ਇਹ ਤਾਂ ਮੋਸਟਲੀ ਜਿਹੜਾ ਆ ਕਾਂਗਰਸ ਜਾਂ ਭਾਜਪਾ ਦਾ ਰਾਜ ਹੀ ਚੱਲਦਾ ਰਿਹਾ ਆ ਕਾਂਗਰਸ ਜਿੱਥੇ ਇੱਕ ਪਾਸੇ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੇ ਗਵਾਈ ਚ ਕੱਢ ਰਹੀ ਆ ਤਾਂ ਕਿ ਭਾਰਤ ਦੇ ਲੋਕਾਂ ਨੂੰ ਕਾਂਗਰਸ ਦੇ ਮਗਰ ਲਾਮਬੰਦ ਕੀਤਾ ਜਾਵੇ ਦੂਜੇ ਪਾਸੇ ਭਾਜਪਾ ਦਾ ਪੂਰਾ ਜੋਰ ਜਿਹੜਾ ਆ ਉਹ ਧਾਰਮਿਕ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਕੇਂਦਰਿਤ ਕਰਕੇ ਦੁਬਾਰਾ ਵੋਟਾਂ ਲੈਣ ਦੀ ਯੋਜਨਾ ਦੇ ਉੱਤੇ ਫਿਕਸ ਕੀਤਾ ਗਿਆ ਹੋਇਆ ਹੈ ਜੀ ਹੁਣ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਨੇ ਇਹ ਐਲਾਨ ਕੀਤਾ ਆ ਕਿ ਯੁੱਧਿਆ ਵਿੱਚ ਰਾਮ ਮੰਦਰ ਦਾ ਦਕਾਟਨ 1 ਜਨਵਰੀ 2024 ਨੂੰ ਕੀਤਾ ਜਾਊਗਾ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਕਾਂਗਰਸ ਨੇ ਅਦਾਲਤਾਂ ਦੇ ਕੰਮਕਾਜ ਦੇ ਵਿੱਚ ਰਾਮ ਮੰਦਰ ਦੇ ਨਿਰਮਾਣ ਦੇ ਵਿੱਚ ੜਿੱਕਾ ਪਾਇਆ ਨਹੀਂ ਤੇ ਹੁਣ ਉਹਨੂੰ ਕਰੋਂਦਾ ਬਣ ਜਾਣਾ ਸੀਗਾ ਤੇ ਅਦਾਲਤ ਵੱਲੋਂ ਫੈਸਲਾ ਆਉਣ ਤੋਂ ਬਾਅਦ ਹੀ ਮੋਦੀ ਹੁਣਾ ਵੱਲੋਂ ਇਹ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀਗਾ ਜਿਹਦਾ ਦਕਾਟਨ ਹੁਣ 1 ਜਨਵਰੀ 2024 ਨੂੰ ਕੀਤਾ ਜਾਣਾ ਆ ਸੋ ਰਾਮ ਮੰਦਰ ਦੇ ਮੁੱਦੇ ਦੇ ਉੱਤੇ ਭਾਜਪਾ ਨੇ ਬਹੁਤ ਵੱਡੀ ਸਿਆਸਤ ਕੀਤੀ ਆ ਮਹਿਜ਼ ਦੋ ਸੀਟਾਂ ਹੁੰਦੀਆਂ ਸੀਗੀਆਂ ਉਹਨਾਂ ਕੋਲ ਉਸ ਤੋਂ ਬਾਅਦ ਸਾਰੇ ਹਿੰਦੂ ਭਾਈਚਾਰੇ ਨੂੰ ਇਸ ਮੁੱਦੇ ਦੇ ਉੱਤੇ ਤੇ ਹੋਰ ਨਾ ਮੁੱਦਿਆਂ ਦੇ ਉੱਤੇ ਪੋਲਰਾਈਜ਼ ਕਰਕੇ ਆਪਣੇ ਮਗਰ ਲਾਇਆ ਗਿਆ ਦੋ ਵਾਰੀ ਬਹੁਮਤ ਦੇ ਅਧਿਨ ਉਹ ਸਰਕਾਰ ਜਿਹੜੀ ਆ ਬਣਾ ਚੁੱਕੇ ਆ ਤੇ ਗਾਂ ਵੀ ਦਾਵਾ ਕਰ ਰਿਹਾ ਕਿ ਅਗਲੇ 25 ਸਾਲ ਉਹ ਇਸੇ ਤਰੀਕੇ ਰਾਜ ਕਰਨਗੇ ਬਹੁਤ ਸਾਰੇ ਲੋਕਾਂ ਨੂੰ ਇਹ ਡਰਿਆ ਤੋਖਲਾਇਆ ਕਿ ਭਾਰਤ ਨੂੰ ਬਹੁਤ ਜਲਦੀ ਹਿੰਦੂ ਰਾਕਟਰ ਐਲਾਨ ਕੀਤਾ ਜਾ ਸਕਦਾ ਆ ਜਿਸ ਦੀ ਕੇ ਗੱਲ ਪ੍ਰੋੜਤਾ ਪਹਿਲਾਂ ਉਹ ਕਰਦੇ ਰਹੇ ਆ ਜਿਹੜੀ ਸੱਤਾਧਾਰੀ ਤੇ ਰਹਿਆ ਉਦਿਆਂ ਜਿਹੜੀਆਂ ਮਗਲੀਆਂ ਤਰ੍ਹਾਂ ਨੇ ਜਿਵੇਂ ਕਿ ਵਿਸ਼ਵ Hindu ਪਰਿਸ਼ਦ ਦਾ RSS ਆ ਉਹਨਾਂ ਦੀਆਂ ਸ਼ਰਯਾਂ ਮੰਗ ਰਹੀ ਆ ਕਿ ਭਾਰਤ ਨੂੰ Hindu ਰਾਸ਼ਟਰ ਐਲਾਨਿਆ ਜਾਵੇ ਤੇ ਇਸ ਵਾਰ ਵੀ ਜੇਕਰ ਇਹ ਚੱਲਦਾ ਇਹ ਆ ਕਿ ਜਿਵੇਂ ਪੋਲਰਾਈਜੇਸ਼ਨ ਕੀਤੀ ਜਾ ਰਹੀ ਆ ਤੇ ਕਿਸੇ ਵੀ ਵੇਲੇ ਭਾਰਤ ਨੂੰ ਜਿਹੜਾ ਆ Hindu ਰਾਸ਼ਟਰ ਐਲਾਨਿਆ ਜਾ ਸਕਦਾ ਆ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਜਿਹੜੇ ਆ ਵਧੇ ਆ ਚਾਹੇ ਉਹ ਅਸਾਈਆਂ ਦੇ ਚਰਚਾ ਚ ਭੱਡਣ ਦੀ ਗੱਲ ਹੋਵੇ ਹਾਲ ਹੀ ਦੇ ਵਿੱਚ ਵੀ ਕਈਆਂ ਘਟਨਾਵਾਂ ਹੋਈਆਂ ਆ ਮੁਸਲਮਾਨਾਂ ਦੇ ਉੱਤੇ ਕੇਸ ਪਾਉਣ ਦੀ ਗੱਲ ਹੋਵੇ ਜਾਂ ਉਹਨਾਂ ਨੇ ਧੱਕੇ ਸ਼ਾਹੀ ਦੀ ਗੱਲ ਹੋਵੇ ਉਹ ਵੀ ਚੱਲਦੀ ਰਹੀ ਆ ਸਿੱਖਾਂ ਦੇ ਰਾਜਸੀ ਕੈਦੀਆਂ ਦੀ ਗੱਲ ਹੋਵੇ ਜਾਂ ਉਹਨਾਂ ਦੇ ਨਾਲ ਧੱਕੇ ਜਾਂ ਯੂਏਪੀ ਦੇ ਕੇਸ ਪਾਉਣ ਦੀ ਗੱਲ ਹੋਵੇ ਉਹ ਵੀ ਚੱਲਦੀ ਰਹੀ ਆ ਸੋ ਕੁੱਲ ਮਿਲਾ ਕੇ ਹਿੰਦੂ ਰਾਸ਼ਟਰ ਬਣਾਉਣ ਵਾਲਾ ਭਾਜਪਾ ਦੇ ਕਦਮ ਜਿਹੜੇ ਵੱਧ ਰਹੇ ਆ ਤੇ ਇੱਕ ਵਾਰੀ ਫਿਰ ਲੱਗਦਾ ਕਿ ਉਹਨਾਂ ਨੇ ਰਾਮ ਮੰਦਰ ਨੂੰ ਵੱਡਾ ਮੁੱਦਾ ਬਣਾ ਕੇ 2024 ਦੀਆਂ ਚੋਣਾਂ ਲੜਨ ਦਾ ਜਿਹੜਾ ਅਹਿਦ ਕੀਤਾ ਆ ਇੱਕ ਪਾਸੇ ਸਾਰਾ ਪੱਧਰਾ ਮੀਡੀਆ ਜਿਹੜਾ ਆ ਤੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਉਹਨਾਂ ਦੇ ਮਗਰ ਆ ਕਾਂਗਰਸ ਨੂੰ ਤਾਂ ਅਸਲ ਵਿੱਚ ਹਾਲ ਹੋਇਆ ਕਿ ਪਹਿਲਾਂ ਤੋਂ ਪਾਰਟੀ ਜਿਹੜੀ ਆ ਬੜੀ ਹਾਸ਼ੀਏ ਤੇ ਚਲੀ ਗਈ ਆ ਲੀਡਰ ਵੱਡੇ ਵੱਡੇ ਜਿਹੜੇ ਛੱਡ ਕੇ ਹੋਰਾਂ ਪਾਰਟੀਆਂ 'ਚ ਜਾ ਚੁੱਕੇ ਆ ਇਹਨਾਂ ਭਾਜਪਾ 'ਤੇ ਜਾ ਚੁੱਕੇ ਆ ਤੇ ਗਾਂਧੀ ਪਰਿਵਾਰ ਹੱਲੇ ਵੀ ਬੀਤੇ ਤੋਂ ਸਾਬਕ ਸਿੱਖਣ ਵਾਲੀ ਰਾਜ਼ੀ ਨਹੀਂ ਹੈਗਾ ਉਹਨਾਂ ਵੱਲੋਂ ਗਾਂਧੀ ਪਰਿਵਾਰ ਦੀ ਕਮਾਂਡ ਹੇਠ ਹੀ ਕਾਂਗਰਸ ਨੂੰ ਸਰਜੀਤ ਵਾਰ-ਵਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਵਾਰ-ਵਾਰ ਸਫਲ ਰਹਿੰਦੀਆਂ ਹੋਰ ਜਿਹੜੀਆਂ ਪਾਰਟੀਆਂ ਨੇ ਜਿਵੇਂ ਬਿਹਾਰ ਦੇ ਵਿੱਚ ਨੇ ਨਿਤਿਸ਼ ਕੁਮਾਰ ਹੁਣੀ ਆ ਉਹਨਾਂ ਨੇ ਇਸ਼ਾਰਾ ਕੀਤਾ ਕਿ ਉਹ ਭਾਜਪਾ ਤੋਂ ਅੱਡ ਹੋ ਕੇ ਸੌਰੀ ਚੋਣ ਲੜ ਸਕਦੇ ਆ ਪਿਛਲੀ ਵਾਰੀ ਉਹਨਾਂ ਨੇ ਨਾਲ ਚੋਣ ਲੜੀ ਸੀਗੀ ਮਮਤਾ ਬੇਨਰਜੀ ਇੱਕ ਵੱਡੀ ਬਗਾਵਤ ਦਾ ਮੋੜ ਬਣਦੀ ਹੁੰਦੀ ਹੈ ਪਰ ਹੁਣ ਖਬਰਾਂ ਆ ਰਹੀਆਂ ਕਿ ਅੰਦਰੋਗਤੀ ਉਸ ਨੇ ਵੀ ਭਾਜਪਾ ਦੇ ਨਾਲ ਸਮਝੌਤਾ ਕਰ ਲਿਆ ਯੂਪੀ ਦੇ ਵਿੱਚ ਅਖਲੇਸ਼ ਯਾਦਵ ਹੁਣੀ ਇੱਕ ਵੱਡੀ ਧੈਰਾ ਉਹ ਕਿੱਧਰ ਭੁਗਤਦੇ ਆ ਕੀ ਕਰਦੇ ਆ ਵੀ ਦੇਖਣ ਵਾਲੀ ਗੱਲ ਹੋਊਗੀ ਕਿਸੇ ਵੇਲੇ ਆ ਜਿਹੜੀ ਬਹੁਜ ਸਮਾਜ પાર્ટી ਉਹ ਬਹੁਤ ਵੱਡੀ ਧਿਰ ਹੋਇਆ ਕਰਦੀ ਸੀਗੀ ਮਾਇਆਵਤੀ ਉਹਨਾਂ ਨੇ ਇਹੋ ਜਿਹੀ ਸਿਆਸਤ ਖੇਢੀ ਕਿ ਆਪਣਾ ਵੀ ਭੋਗ ਪਵਾ ਲਿਆ ਤੇ ਜਿਹੜੀ ਇੱਕ ਦਲ ਸਿਆਸਤ ਨਾਲ ਮੁਲਕ ਦੇ ਵਿੱਚ ਕਾਇਮ ਹੋ ਗਈ ਸੀਗੀ ਉਹਦਾ ਵੀ ਭੋਗ ਨਾਲ ਹੀ ਪੈ ਗਿਆ ਸੋ ਹੁਣ ਜਿਹੜੀਆਂ ਤੀਜੀਆਂ ਧਿਰਾਂ ਬਣਨ ਵਾਲੀਆਂ ਪਾਰਟੀਆਂ ਸਿੰਗੀਆਂ ਉਹ ਵੀ ਕੋਈ ਡਾ ਅਧਾਰ ਹਾਲ ਦੀ ਘੜੀ ਨਹੀਂ ਰੱਖ ਰਹੀਆਂ ਪਰ ਹੋ ਸਕਦਾ ਲੱਗੇ ਜਾਂ ਕੇ ਜਰੂਰ ਕੋਸ਼ਿਸ਼ ਕਰਨ ਤੇ ਭਾਜਪਾ ਜਿਹੜੀ ਬੜੀ ਸਟਰੋਂਗ ਹੋ ਗਈ ਆ ਜਿੱਥੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਵੀ ਤੋੜ ਲਈ ਹੈ ਜਿੱਥੇ ਉਹਨਾਂ ਨੇ ਵੋਟਾਂ ਤੋੜਨੀਆਂ ਹੁੰਦੀਆਂ ਉਹਨਾਂ ਪਾਰਟੀਆਂ ਦੀਆਂ ਉਹਦੇ ਵਾਸਤੇ ਆਮ ਆਦਮੀ ਪਾਰਟੀ ਬੜੀ ਸਾਜ਼ਗਾਰ ਉਹਨਾਂ ਲਈ ਸਿੱਧ ਹੋ ਰਹੀ ਹੈ ਸੋ 2024 ਦੀਆਂ ਚੋਣਾਂ ਆ ਰਹੀਆਂ ਹਨ ਲੋਕ ਸਭਾ ਚੋਣਾਂ ਭਾਰਤ ਦੇ ਵਿੱਚ ਉਹਦੇ ਵਾਸਤੇ ਹੁਣ ਤੋਂ ਤਿਆਰੀ ਹੋ ਚੁੱਕੀ ਹੈ ਤੇ ਉਹਦੇ ਵਾਸਤੇ ਭਾਜਪਾ ਨੇ ਇੱਕ ਵਾਰੀ ਫਿਰ ਰਾਮ ਮੰਦਰ ਦਾ ਮੁੱਦਾ ਮੋਕ ਟੌਰ ਦੇ ਉੱਤੇ ਅੱਗੇ ਰੱਖ ਲਿਆ ਤੇ ਵਾਰ-ਵਾਰ ਉਹਨੀਆਂ ਸਪੀਚਸ ਦੇ ਵਿੱਚ ਗੱਲ ਕਹੀ ਜਾਣ ਲੱਗੀ ਆ ਕਿ ਰਾਮ ਮੰਦਰ ਦਾ ਕਟਨ 1 ਜਨਵਰੀ 2024 ਨੂੰ ਹੋਵੇਗਾ ਇਸ ਆਧਾਰ ਦੇ ਉੱਤੇ ਲੱਗਦਾ ਕਿ ਹੁਣ ਅਗਲੀਆਂ ਚੋਣਾਂ ਵੀ ਲੜੀਆਂ ਜਾਣਗੀਆਂ ਤੇ ਬੀਤੀਆਂ ਚੋਣਾਂ ਵੀ ਇਹੋ ਜਿਹੇ ਮੁੱਦਿਆਂ ਦੇ ਉੱਤੇ ਉਹ ਜਿੱਤਦੇ ਰਹੇ ਆ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਬਖਸ਼ੋ ਕੱਲ ਨੂੰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ